ਬਹੁਤ ਸਵਾਗਤ ਹੈ ਜੀ ਸਾਰਿਆਂ ਦਾ ਮੈਂ ਹਾਂ ਸੁਰਿੰਦਰ ਡੱਲਾ ਤੇ ਬਹੁਤ ਇੱਕ ਮਹੱਤਵਪੂਰਨ ਪ੍ਰੋਗਰਾਮ ਇਸ ਵਕਤ ਅਸੀਂ ਕਰਾਂਗੇ ਮੇਰੇ ਨਾਲ ਅਜਿੰਦਰ ਵੀਰ ਕੌਰ ਗਿੱਲ ਜੀ ਮੌਜੂਦ ਨੇ ਜਿਹੜੇ ਕਿ ਆਰਸੀ ਆਈਸੀ ਨੇ ਰੈਗੂਲੇਟਡ ਕੈਨੇਡੀਅਨ ਇਮੀਗ੍ਰੇਸ਼ਨ ਕੰਸਲਟੈਂਟ ਨੇ ਕੈਨੇਡਾ ਦੀ ਸਰਕਾਰ ਤੋਂ ਮਨਜ਼ੂਰਸ਼ੁਦਾ ਨੇ ਔਰ ਸੀਆਈਸੀਸੀ ਦੇ ਮੈਂਬਰ ਵੀ ਨੇ ਸੋ ਬਹੁਤ ਮਹੱਤਵਪੂਰਨ ਇਹ ਸ਼ੋ ਰਹੇਗਾ ਦੋ ਗੱਲਾਂ ਵੱਡੀਆਂ ਨੇ ਜਿਹੜੀਆਂ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਚੱਕਾਂਗੇ ਸਭ ਤੋਂ ਪਹਿਲਾਂ ਤਾਂ ਸਲਾਹ ਹੈ ਕਿ ਕਿਸੇ ਵੀ ਗੈਰ ਮਨਜ਼ੂਰਸ਼ੁਦਾ ਗੈਰ ਲਾਇਸੈਂਸ ਕੰਸਲਟੈਂਟ ਕੋਲੋਂ ਸਲਾਹ مشورہ ਨਾਲ ਇਹ ਤੁਹਾਡਾ ਨੁਕਸਾਨ ਹੋ ਸਕਦਾ ਹੁਣ ਵਿਸ਼ਾ ਕੀ ਹੈ ਸਪਟੰਬਰ ਇਨਟੇਕ ਚ ਕਹਿੰਦੇ ਧੜਾ ਧੜ ਵੀਜ਼ੇ ਆਉਣਗੇ ਵਿਦਿਆਰਥੀਆਂ ਦੇ ਇਹ ਚਰਚਾਵਾਂ ਹੋਣੇ ਕਿਉਂ ਸ਼ੁਰੂ ਹੋ ਗਈਆਂ ਸਪਟੰਬਰ ਇਨਟੇਕ ਔਰ ਜਨੂਅਰੀ ਇਨਟੇਕ ਖਾਲੇ ਦੂਰ ਨੇ ਇਹਦਾ ਕਾਰਨ ਕੀ ਹੈ ਸਮਝਾਂਗੇ ਔਰ ਦੂਸਰਾ 스ਪਾਊਸ ਵੀਜ਼ਾ ਆ ਕੇ ਅਚਾਨਕ ਹੀ ਰੁਕ ਗਏ 스ਪਾਊਸ ਵੀਜ਼ਾ ਦੁਬਾਰਾ ਕਦੋਂ ਸ਼ੁਰੂ ਹੋਣਗੇ ਔਰ ਤੀਸਰਾ ਤੇ ਸਭ ਤੋਂ ਮਹੱਤਵਪੂਰਨ ਪੁਆਇੰਟ 5.5 ਦੇ ਨਾਲ ਕਿੰਨੀਆਂ ਕੁ ਉਮੀਦਾਂ ਨੇ ਸੈਪਟੰਬਰ ਔਰ ਜਨੂਰੀ ਦੀਆਂ ਔਰ ਪੀਟੀ ਵਾਲੇ ਸਟੂਡੈਂਟਸ ਲਈ ਕਿੰਨੀਆਂ ਕਿ ਸੰਭਾਵਨਾਵਾਂ ਨੇ ਸੈਪਟੰਬਰ ਔਰ ਜਨੂਰੀ ਦੀਆਂ ਇਹ ਸਾਰੇ ਵਿਸ਼ਿਆਂ ਤੇ ਇੱਕ ਇੱਕ ਕਰਕੇ ਗੱਲ ਅੱਗੇ ਵਧਾਵਾਂਗੇ ਜਿੰਦਰਬੀਰ ਕਾਲਜ ਜੀ ਬਹੁਤ ਸਵਾਗਤ ਵੀ ਹੈ ਸਭ ਤੋਂ ਪਹਿਲਾਂ ਸੈਪਟੰਬਰ ਇਨਟੇਕ ਕਹਿੰਦੇ ਬਹੁਤ ਤੇਜ਼ੀ ਨਾਲ ਵੀਜ਼ਾ ਆ ਸਕਦਾ ਹੈ ਅਜਿਹਾ ਕਿਉਂ ਉਹਦੇ ਪਿੱਛੇ ਕਾਰਨ ਕੀ ਹੈ ਜੀ ਸਭ ਤੋਂ ਪਹਿਲਾਂ ਮੇਰੇ ਵੱਲੋਂ ਪਿਆਰ ਭਰ ਸਤਿ ਸ਼੍ਰੀ ਅਕਾਲ ਜੋ ਜਿੱਦਾਂ ਕਿ ਗੱਲ ਕਰ ਰਹੇ ਅਸੀਂ ਸੈਪਟੰਬਰ ਇਨਟੇਕ ਨੂੰ ਲੈ ਕੇ ਕਿ ਕਿਉਂ ਜਿਹੜੇ ਰਿਜ਼ਲਟਸ ਨੇ ਬਹੁਤ ਤੇਜ਼ੀ ਨਾਲ ਦੇਖਣ ਨੂੰ ਮਿਲਣਗੇ ਤੇ ਇਹਦਾ ਦੇਖੋ ਮੁੱਖ ਕਾਰਨ ਇਹ ਹੈ ਕਿ ਇਸ ਟਾਈਮ ਤੇ ਜਿਹੜੀ ਪ੍ਰੋਸੈਸਿੰਗ ਆ ਉਹ ਬਹੁਤ ਜ਼ਿਆਦਾ ਤੇਜ਼ ਹੋ ਚੁੱਕੀ ਹੈ ਐਪਲੀਕੇਸ਼ਨ ਦੇ ਰਿਜ਼ਲਟਸ ਜਿਹੜੇ ਬਹੁਤ ਫਾਸਟ ਦੇਖਣ ਨੂੰ ਮਿਲ ਰਹੇ ਨੇ ਤੇ ਜਿਨ੍ਹਾਂ ਨੇ ਆਪਣਾ ਸਪਟੰਬਰ ਇੰਟੇਕ ਵਾਸਤੇ ਐਪਲੀਕੇਸ਼ਨਸ ਵੀ ਲਗਾਉਣੀਆਂ ਨੇ ਉਹਨਾਂ ਨੂੰ ਜਿਹੜੇ ਰਿਜ਼ਲਟਸ ਨੇ ਆਪਣੇ ਟਾਈਮ 'ਤੇ ਬਿਲਕੁਲ ਦੇਖਣ ਨੂੰ ਮਿਲਣਗੇ ਕਿਤੇ ਵੀ ਉਹਨਾਂ ਦੀਆਂ ਐਪਲੀਕੇਸ਼ਨਸ ਜਿਹੜੀਆਂ ਬੈਕਲੌਗ ਦੇ ਵਿੱਚ ਨਹੀਂ ਜਾਣ ਵਾਲੀਆਂ ਸੋ ਅਗਰ ਅਸੀਂ ਗੱਲ ਕਰੀਏ 5.5 ਨੂੰ ਲੈ ਕੇ ਜਾਂ ਪੀਟੀ ਨੂੰ ਲੈ ਕੇ ਕਿ ਆਉਣ ਵਾਲੇ ਟਾਈਮ ਦੇ ਵਿੱਚ ਯਾਨੀ ਕਿ ਸਪਟੰਬਰ ਇਨਟੈਕ ਵਾਸਤੇ ਉਹਨਾਂ ਨੂੰ ਕਿਸ ਤਰੀਕੇ ਦਾ ਆਈਆਰਸੀਸੀ ਤੋਂ ਰਿਸਪਾਂਸ ਮਿਲੂਗਾ ਉਹਦੇ ਵਿੱਚ ਜਿਹੜੇ 5.5 ਨੇ ਉਹਨਾਂ ਨੂੰ ਵੀ ਪੋਜ਼ਿਟਿਵ ਰਿਜ਼ਲਟਸ ਦੇਖਣ ਨੂੰ ਮਿਲਣਗੇ ਜਿੱਦਾਂ ਕਿ ਹੁਣ ਅਸੀਂ ਜਾਣਦੇ ਹਾਂ ਹੁਣ ਕਿਤੇ ਨਾ ਕਿਤੇ 5.5 ਨੂੰ ਵੀ ਜਿਹੜਾ ਸਕਸੈਸ ਦੇਖਣਾ ਸ਼ੁਰੂ ਹੋ ਚੁੱਕੇ ਆ ਬਟ ਜਿਹੜਾ ਪੀਟੀ ਹੈ ਪੀਟੀ ਦੇ ਰਿਜ਼ਲਟਸ ਜਿਹੜੇ 5.5 ਨਾਲੋਂ ਫਿਰ ਵੀ ਬਿਹਤਰ ਦੇਖਣ ਨੂੰ ਮਿਲ ਰਹੇ ਨੇ STS ਤਾਂ ਅਸੀਂ ਆਲਰੇਡੀ ਜਾਣਦੇ ਹਾਂ ਕਿ 6 ਇਚ ਅਗਰ ਤੁਹਾਡੇ ਲੱਗ ਰਹੇ ਨੇ ਨਾਲ ਤੁਹਾਡੀ ਪ੍ਰੋਫਾਈਲ ਜਿਹੜੀ ਸਟਰੋਂਗ ਹੈ ਤੁਸੀਂ ਆਪਣਾ ਵੀਜ਼ਾ ਬਹੁਤ ਈਜ਼ੀਲੀ ਕੱਟ ਸਕਦੇ ਹੋ ਬਟ PTE ਦੇ ਨਾਲ ਅਗਰ ਤੁਸੀਂ ਓਵਰਆਲ 58 ਲੈਨੇ ਜਾਂ not less than 56 ਨੇ ਤਾਂ ਤੁਹਾਡਾ ਸਕਸੈਸ ਰੇਟ ਜਿਹੜਾ ਆ ਉਹ ਬਹੁਤ ਵਧੀਆ ਰਹੇਗਾ ਜੇਕਰ ਤੁਹਾਡੇ ਪ੍ਰੋਫਾਈਲ ਦੇ ਵਿੱਚ ਹੋਰ ਕਿਸੇ ਤਰੀਕੇ ਦੀ ਕਮੀ ਨਹੀਂ ਰਹੀ ਅਗਰ ਤੁਸੀਂ 5.5 ਨਾਲ ਲਗਾਉਣ ਜਾ ਰਹੇ ਹੋ ਤੇ ਤੁਸੀਂ ਇਸ ਚੀਜ਼ ਦਾ ਖਾਸ ਧਿਆਨ ਰੱਖਣਾ ਹੈ ਕਿ ਤੁਹਾਡੇ ਜਿਹੜੇ ਅਕਾਦੈਮਿਕ ਨੇ ਸਟਰੋਂਗ ਹੋਣੇ ਚਾਹੀਦੇ ਨੇ ਤੁਸੀਂ ਜਿਹੜੇ ਆਪਣੇ ਫੰਡਸ ਨੇ ਉਹ ਸ਼ੋ ਕਰਨੇ ਆ ਪ੍ਰੋਪਰ ਵੇ ਦੇ ਨਾਲ 1 ਸਾਲ ਦੀ ਆਪਣੀ ਫੀਸ ਪੇ ਕਰੋ ਇਸ ਤਰ੍ਹਾਂ ਨਾ ਕਰੋ ਕਿ ਅਸੀਂ ਕੋਈ ਇੱਕ ਸਮੈਸਟਰ ਦੀ ਪੇ ਕਰ ਦਿੰਦੇ ਆ ਜਾਂ 6 ਮੰਥਸ ਦੀ ਪੇ ਕਰ ਦਿੰਦੇ ਆ ਅਗਰ 5.5 ਦੇ ਨਾਲ ਤੁਸੀਂ ਆਪਣਾ ਵੀਜ਼ਾ ਲੈਣ ਦੀ ਕੋਸ਼ਿਸ਼ ਕਰ ਰਹੇ ਹੋ ਤੇ ਆਪਣੇ ਜਿਹੜੇ ਫੰਡਸ ਨੇ ਪ੍ਰੋਪਰ ਵੇ ਦੇ ਨਾਲ ਲਗਾਏ ਹੋਣੇ ਚਾਹੀਦੇ ਆ ਫੀਸ ਐਟ ਲੀਸਟ 1 ਸਾਲ ਦੀ ਪੇ ਕੀਤੀ ਹੋਣੀ ਚਾਹੀਦੀ ਹੈ ਉਸ ਤੋਂ ਇਲਾਵਾ ਕਿਸੇ ਵੀ ਤਰੀਕੇ ਦਾ ਤੁਹਾਡੀ ਅਗਰ ਗੈਪ ਹੈ ਸਟੱਡੀ ਦੇ ਵਿੱਚ ਉਸ ਨੂੰ ਪ੍ਰੋਪਰ ਵੇ ਨਾਲ ਜਸਟੀਫਾਈ ਕਰੋ ਪ੍ਰੋਪਰ ਡਾਕੂਮੈਂਟੇਸ਼ਨ ਹੋਣੀ ਚਾਹੀਦੀ ਹੈ ਅਗਰ ਜ਼ਿਆਦਾ ਗੈਪ ਹੈ 2 ਸਾਲ ਤੋਂ ਤੁਸੀਂ ਆਪਣੇ ਪ੍ਰੋਪਰ ਐਵੀਡੈਂਸ ਲਗਾਓ ਪ੍ਰੂਫ ਲਗਾਓ ਕਿ ਕਿੰਨਾ ਕਾਰਨ ਕਰਕੇ ਤੁਹਾਡਾ ਇਸ ਟਾਈਮ ਤੇ ਜਿਹੜਾ ਗੈਪ ਪਿਆ ਇਸ ਤੋਂ ਇਲਾਵਾ ਸਭ ਤੋਂ ਵੱਡਾ ਜਿਹੜਾ ਤੁਹਾਡੀ ਰੈਲੇਵੈਂਸੀ ਸ਼ੋ ਹੋਣੀ ਤੁਹਾਡਾ ਪ੍ਰੋਗਰੈਸ਼ਨ ਸ਼ੋ ਹੋਣਾ ਸਟੱਡੀ ਨੂੰ ਲੈ ਕੇ ਉਹ ਬਹੁਤ ਇੰਪੋਰਟੈਂਟ ਰੋਲ ਪਲੇ ਕਰਦਾ ਹੈ ਇਦੇ ਵਿੱਚ ਤੁਸੀਂ ਪ੍ਰੋਪਰ ਵੇ ਨਾਲ ਦੱਸਣਾ ਹੈ ਕਿ ਮੇਰੀ ਪ੍ਰੀਵੀਅਸ ਸਟੱਡੀ ਕੀ ਸੀ ਮੈਂ ਕਿਉਂ ਜਿਹੜੀ ਮੇਰੀ ਪ੍ਰੋਪੋਜ਼ਡ ਸਟੱਡੀ ਹੈ ਕਿਸ ਤਰੀਕੇ ਨਾਲ ਇਸ ਨਾਲ ਰਿਲੇਟ ਕਰਦੀ ਹੈ ਅਗਰ ਤੁਹਾਡਾ ਕੋਈ ਵਰਕ ਐਕਸਪੀਰੀਅੰਸ ਹੈ ਕਿਸ ਤਰੀਕੇ ਨਾਲ ਤੁਹਾਡਾ ਵਰਕ ਐਕਸਪੀਰੀਅੰਸ ਪ੍ਰੋਪੋਜ਼ਡ ਸਟੱਡੀ ਨਾਲ ਅਲਾਈਨ ਕਰਦਾ ਸੋ ਇਹ ਸਾਰੀਆਂ ਚੀਜ਼ਾਂ ਅਗਰ ਤੁਸੀਂ ਪ੍ਰੋਪਰ ਵੇ ਨਾਲ ਵੀਜ਼ਾ ਆਫੀਸਰ ਤੱਕ ਪਹੁੰਚਾ ਪਾਉਂਦੇ ਹੋ ਪਹੁੰਚਾਉਣ ਦਾ ਜ਼ਰੀਆ ਦੇਖੋ ਪਹੁੰਚਾਉਣ ਦਾ ਜ਼ਰੀਆ ਸਟੇਟਮੈਂਟ ਆਫ ਪਰਪਸ ਕਿਉਂਕਿ ਅਸੀਂ ਜਾਣਦੇ ਹਾਂ ਕਿ ਫਾਰਮਸ ਦੇ ਵਿੱਚ ਐਨੀ ਜਿਹੜੀ ਅਵੇਲੇਬਿਲਟੀ ਨਹੀਂ ਹੁੰਦੀ ਜਗ੍ਹਾ ਦੀ ਕਿ ਤੁਸੀਂ ਹਰ ਚੀਜ਼ ਨੂੰ ਪ੍ਰੋਪਰ ਵੇ ਨਾਲ ਐਕ of purpose ਇੱਕ ਅਜਿਹੇ ਜ਼ਰੀਆ ਹੁੰਦਾ ਜਿਹਦੇ ਵਿੱਚ ਤੁਸੀਂ ਆਪਣੀ ਪ੍ਰੋਪਰ ਤਰੀਕੇ ਨਾਲ ਕਲੀਅਰ ਕਰ ਪਾਉਂਦੇ ਹੋ ਪਿਕਚਰ ਆਫੀਸਰ ਤੱਕ ਜਿਹੜਾ ਕਿਉਂਕਿ ਦੇਖਦੇ ਹਾਂ ਅਸੀਂ ਕਿ 6 ਮਿੰਟਸ ਦੇ ਵਿੱਚ ਜਿਹੜਾ ਤੁਹਾਡਾ ਰਿਜ਼ਲਟ ਦੇ ਦਿੱਤਾ ਆਈਆਰਸੀਸੀ ਆਫੀਸਰ 6 ਮਿੰਟਸ ਬਹੁਤ ਹੀ ਘੱਟ ਟਾਈਮ ਹੁੰਦਾ ਲਿਮਟਿਡ ਟਾਈਮ ਹੁੰਦਾ ਜਿਹਦੇ ਵਿੱਚ ਤੁਹਾਡਾ ਰਿਜ਼ਲਟ ਆਊਟ ਹੁੰਦਾ ਸੋ ਅਗਰ ਤੁਹਾਡੀ ਸਟੇਟਮੈਂਟ ਆਫ ਪਰਪਸ ਦੇ ਉੱਪਰ ਚੰਗੇ ਤਰੀਕੇ ਨਾਲ ਐਕਸਪਲੇਨੇਸ਼ਨ ਦਿੱਤੀ ਗਈ ਹੈ ਜਸਟੀਫਿਕੇਸ਼ਨ ਦਿੱਤੀ ਗਈ ਹੈ ਤਾਂ ਤੁਹਾਡਾ ਜਿਹੜਾ ਰਿਜ਼ਲਟ ਹੈ ਉਹ ਬਹੁਤ ਵਧੀਆ ਆ ਸਕਦਾ ਸਕਸੈਸ ਰੇਟ ਜਿਹੜਾ ਉਹ ਤੁਹਾਡਾ ਉੱਪਰ ਜਾ ਸਕਦਾ ਰੇਸ਼ੀਓ ਜ ਸੋ ਇਹ ਸਾਰੀਆਂ ਚੀਜ਼ਾਂ ਦਾ ਤੁਸੀਂ ਸਪਟੰਬਰ ਇਨਟੇਕ ਵਾਸਤੇ ਧਿਆਨ ਰੱਖਣਾ ਹੈ ਉਸ ਤੋਂ ਇਲਾਵਾ ਟਰਾਈ ਕਰੋ ਕਿ ਤੁਸੀਂ ਅਗਰ ਤੁਹਾਡੇ ਸਕੋਰ ਘੱਟ ਵੀ ਨੇ 5.5 ਨੇ ਜਾਂ ਪੀਟੀ ਦੇ ਵਿੱਚ ਘੱਟ ਸਕੋਰ ਨੇ ਸਪਟੰਬਰ ਇਨਟੇਕ ਵਾਸਤੇ ਆਪਣੀ ਆਫਰ ਲੈਟਰ ਲੈ ਕੇ ਰੱਖੋ ਕਿਉਂਕਿ ਸੀਟਸ ਅਸੀਂ ਆਲਰੇਡੀ ਜਾਣਦੇ ਹਾਂ ਕਿ ਬਹੁਤ ਲਿਮਟਿਡ ਨੇ ਤੇ ਤੁਸੀਂ ਆਪਣੀ ਆਫਰ ਲੈਟਰ ਲਓ ਉਸ ਤੋਂ ਇਲਾਵਾ ਜੇ ਸਟਿਲ ਤੁਹਾਡ ਕੋਲ ਟਾਈਮ ਹੈ ਇਨਾ ਮੰਤਸ ਦੇ ਵਿੱਚ ਤੁਸੀਂ ਆਪਣੇ ਸਕੋਰ ਇੰਪਰੂਵ ਕਰੋ ਉਸ ਤੋਂ ਇਲਾਵਾ ਜਿੱਦਾਂ ਹੀ ਤੁਹਾਡੇ ਸਕੋਰ ਇੰਪਰੂਵ ਹੁੰਦੇ ਨੇ ਤੁਸੀਂ 5.5 PTE ਦੇ ਓਵਰਆਲ 58 ਨਾਲ ਵੀ ਲਗਾਓ ਆਰਾਮ ਨਾਲ ਬਟ ਅਗਰ ਤੁਸੀਂ ਇੰਪਰੂਵ ਕਰ ਪਾਉਂਦੇ ਹੋ ਬਹੁਤ ਵਧੀਆ ਗੱਲ ਆ ਤੇ ਜਿਆਦਾ ਤੋਂ ਜਿਆਦਾ ਕੋਸ਼ਿਸ਼ ਕਰੋ ਕਿ ਜੂਨ ਤੋਂ ਪਹਿਲੇ ਪਹਿਲੇ ਜਾਂ ਜੂਨ ਤੱਕ ਆਪਣੇ ਐਪਲੀਕੇਸ਼ਨਸ ਲਗਾ ਦਿਓ ਇਹਦਾ ਕਾਰਨ ਕੀ ਹੈ ਇਹਦੇ ਵਿੱਚ ਦੇਖੋ ਕਿ ਤੁਸੀਂ ਅਗਰ ਟਾਈਮ ਸਰ ਆਪਣੀ ਐਪਲੀਕੇਸ਼ਨ ਲਗਾਈ ਹੋਊਗੀ ਆਈਆਰਸੀਸੀ ਦੇ ਕੋਲ ਵੀ ਐਟ ਲੀਸਟ 90 ਡੇਜ਼ ਹੋਣਗੇ ਜਿਹਦੇ ਵਿੱਚ ਉਹਨਾਂ ਦੀ ਜਿਹੜੀ ਪ੍ਰੋਸੈਸਿੰਗ ਕਰਨੀ ਆ ਉਹ ਇਜ਼ੀ ਹੋ ਜਾਂਦਾ ਹੈ ਤੁਹਾਡੇ ਬਾਇਓਮੈਟ੍ਰਿਕਸ ਵੀ ਹੋਣੇ ਹੁੰਦੇ ਨੇ ਤੁਹਾਡੇ ਮੈਡੀਕਲ ਵੀ ਹੋਣਾ ਹੁੰਦਾ ਤੁਹਾਡੇ ਜਿਹੜਾ ਸਟੇਟਸ ਅਪਡੇਟ ਹੁੰਦਾ ਇਸ ਟਾਈਮ ਦੇ ਵਿੱਚ ਅਗਰ ਕਿਸੇ ਤਰੀਕੇ ਦੀ ਡਾਕੂਮੈਂਟੇਸ਼ਨ ਦੇ ਵਿੱਚ ਕਮੀ ਵੀ ਰਹਿ ਜਾਂਦੀ ਹੈ ਤੇ ਉਹ ਵੀ ਪੂਰਾ ਕੀਤਾ ਜਾ ਸਕਦਾ ਸੋ ਜੇ ਤੁਹਾਡੇ ਕੋਲ ਐਟ ਲੀਸਟ 90 ਡੇਜ਼ ਦਾ ਟਾਈਮ ਫਰੇਮ ਹੋਏਗਾ ਤਾਂ ਤੁਹਾਨੂੰ ਜਿਹੜਾ ਸਕਸੈਸ ਦਾ ਮਿਲਣ ਦੇ ਚਾਂਸ ਜਿਹੜੇ ਜ਼ਿਆਦਾ ਹਾਈ ਹੋ ਜਾਂਦੇ ਨੇ ਇਸ ਤੋਂ ਇਲਾਵਾ ਸਪ ਅੰਬਰੀ ਨਹੀਂ ਜਨਵਰੀ 2023 ਇਨਟੇਕ ਵੀ ਓਪਨ ਹੋ ਚੁੱਕਾ ਹੈ ਕਾਫੀ ਕਾਲਜਿਸ ਵਾਸਤੇ ਤੁਸੀਂ ਉੱਥੇ ਵੀ ਅਪਲਾਈ ਕਰ ਸਕਦੇ ਹੋ ਨਾਲ ਦੇ ਨਾਲ ਸਪਟੰਬਰ ਇਨਟੇਕ ਦੇ ਅਪਲਾਈ ਕਰਨ ਲਈ ਤੁਸੀਂ ਧਿਆਨ ਰੱਖਣਾ ਹੈ ਕਿ ਜਿਹੜਾ ਪ੍ਰੋਗਰਾਮ ਤੁਸੀਂ ਲੈਣ ਜਾ ਰਹੇ ਹੋ ਨੈਕਸਟ ਇਨਟੇਕ ਦੇ ਵਿੱਚ ਵੀ ਅਵੇਲੇਬਲ ਹੋਏ ਤਾਂ ਕਿ ਤੁਹਾਨੂੰ ਕਿਸੇ ਵੀ ਤਰੀਕੇ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਸੋ ਇਹ ਸਾਰੀਆਂ ਚੀਜ਼ਾਂ ਤੁਸੀਂ ਸਪਟੰਬਰ ਇਨਟੇਕ ਵਾਸਤੇ ਧਿਆਨ ਚ ਰੱਖਣੀ ਹੈ ਪ੍ਰੋਸੈਸਿੰਗ ਫਾਸਟ ਹੋ ਚੁੱਕੀ ਹੈ ਨਿਸ਼ਚਿੰਤ ਰਹੋ ਤੁਸੀਂ ਕਿ ਕਿਸੇ ਤਰੀਕੇ ਨਾਲ ਤੁਹਾਡੀ ਐਪਲੀਕੇਸ਼ਨ ਦੁਬਾਰਾ ਬੈਕਲੌਗ 'ਚ ਨਾ ਜਾਂ ਜਾ ਤੁਹਾਨੂੰ ਕਿਤੇ ਡੈਫਰ ਵੱਲ ਨਾ ਜਾਣਾ ਪਵੇ ਜਾਂ ਤੁਹਾਨੂੰ ਆਨਲਾਈਨ ਕਲਾਸਿਸ ਆਪਟ ਨਾ ਕਰਨੀਆਂ ਪੈਣ ਤੁਹਾਨੂੰ ਰਿਜ਼ਲਟ ਬਿਲਕੁਲ ਟਾਈਮ ਸਿਰ ਮਿਲਣਗੇ ਕਿਉਂਕਿ ਬੈਕਲੌ ਬਿਲਕੁਲ ਠੀਕ ਹੈ ਜੀ ਸੋ ਸਾਰੇ ਸਵਾਲਾਂ ਦਾ ਹੀ ਜਵਾਬ ਲਗਭਗ ਅਜਿੰਦਰਬੀਰ ਕੌਰ ਗੇਲ ਜੀ ਨੇ ਇਸ ਪ੍ਰੋਗਰਾਮ ਦੇ ਵਿੱਚ ਦਿੱਤਾ ਹੈ ਸੋ ਮੈਨੂੰ ਲੱਗਦਾ ਬਹੁਤ ਚੰਗੀਆਂ ਸੰਭਾਵਨਾਵਾਂ ਆਉਣ ਵਾਲੇ ਸਮੇਂ 'ਚ ਬਣਨਗੀਆਂ ਅਜਿੰਦਰਬੀਰ ਕੌਰ ਜੀ ਇੱਕ ਹੋਰ ਸਵਾਲ ਮੈਂ ਆਖਿਰ 'ਚ ਚਾਹੂੰਗਾ ਹੁਣ ਚਾਹੇ ਰੀਪਲਾਈ ਵਾਲੇ ਸਟੂਡੈਂਟ ਨੇ ਚਾਹੇ 5.5 ਵਾਲੇ ਨੇ ਚਾਹੇ ਪੀਟੀ ਵਾਲੇ ਨੇ ਨੈਕਸਟ ਇਨਟੇਕ ਜਦੋਂ ਅਪਲਾਈ ਕਰਨਾ ਹੈ ਕਿਹੜੀਆਂ ਗੱਲਾਂ ਦਾ ਖਿਆਲ ਰੱਖਣ ਔਰ ਤੁਸੀਂ ਕਿੰਨਾ ਕਿੰਨਾ ਸਟੂਡੈਂਟਸ ਦੀਆਂ ਫਾਈਲਸ ਅਪਲਾਈ ਕਰਨ 'ਚ ਮਦਦ ਕਰਦੇ ਹੋ ਮਤਲਬ ਤੁਸੀਂ ਕਿਹੜੇ ਸਟੂਡੈਂਟ ਚੂਜ਼ ਕਰਦੇ ਹੋ ਕਿ ਹਾਂ ਅਸੀਂ ਤੁਹਾਡੀ ਫਾਈਲ ਤੇ ਕੰਮ ਕਰਾਂਗੇ ਜੀ ਬਿਲਕੁਲ ਬਹੁਤ ਵਧੀਆ ਸਵਾਲ ਪੁੱਛਿਆ ਸਰ ਨੇ ਦੇਖੋ ਜਦੋਂ ਅਸੀਂ ਦੇਖਦੇ ਹਾਂ ਕਿ ਜਿਹੜੇ ਤਾਂ ਰਿਫਿਊਜ਼ਡ ਕੇਸਿਸ ਨੇ ਉਹਨਾਂ ਦੇ ਵਿੱਚ ਜ਼ਿਆਦਾਤਰ ਜਿਹੜੀ ਕਮੀ ਰਹੀ ਗਈ ਹੁੰਦੀ ਹੈ ਜਿਸ ਤਰ੍ਹਾਂ ਕਿ ਕੁਝ ਆਰਟੀਕਲਸ ਜਿਹੜੇ ਨੇ ਅਸੀਂ ਇਰਪਾ ਦੀ ਗੱਲ ਕਰੀਏ ਇਮੀਗ੍ਰੇਸ਼ਨ ਰਿਫਿਊਜੀ ਪ੍ਰੋਟੈਕਸ਼ਨ ਐਕਟ ਜਿਥੋਂ ਜਿਹੜੇ ਆਰਟੀਕਲਸ ਲਾਗੂ ਹੁੰਦੇ ਨੇ ਰਿਫਿਊਜ਼ਲ ਕੇਸਿਸ ਦੇ ਉੱਪਰ ਕਈ ਕਈਆਂ ਦਾ ਹੁੰਦਾ ਹੈ ਕਿ ਪਰਪਸ ਜਿਹੜਾ ਸੀਗਾ ਉਹ ਕਲੀਅਰ ਨਹੀਂ ਕਰ पाए ਕਈਆਂ ਦੇ ਫਾਈਨੈਂਸ਼ੀਅਲਸ ਜਿਹੜੇ ਨੇ ਫੰਡਸ ਚੰਗੀ ਤਰ੍ਹਾਂ ਨਹੀਂ ਲਾ पाए ਕਈਆਂ ਦੀ ਟਿਊਸ਼ਨ ਫੀਸ ਦੀ ਪ੍ਰੋਪਰ ਵੇਰਨਾ ਪੇ ਹੋਈ ਕਈਆਂ ਤੇ ਮਿਸ ਰਿਪਰੈਜ਼ੈਂਟੇਸ਼ਨ ਲੱਗੀ ਹੁੰਦੀ ਐ ਸੋ ਬਹੁਤ ਸਾਰੇ ਕਾਰਨਾ ਕਰਕੇ ਰਿਫਿਊਜ਼ਲ ਲੈ ਕੇ ਸਟੂਡੈਂਟਸ ਬੈਠੇ ਹੁੰਦੇ ਨੇ ਸਭ ਤੋਂ ਪਹਿਲੇ ਤੇ ਜਦੋਂ ਸਟੂਡੈਂਟਸ ਸਾਡੇ ਕੋਲ ਆਉਂਦੇ ਨੇ ਕਲੀਅਰ ਕੀਤਾ ਜਾਂਦਾ ਹੈ ਉਹਨਾਂ ਦੀ ਪ੍ਰੋਫਾਈਲ ਚੰਗੀ ਤਰੀਕੇ ਨਾਲ ਅਸੈਸ ਕੀਤੀ ਜਾਂਦੀ ਹੈ ਦੇਖਿਆ ਜਾਂਦਾ ਹੈ ਕਿ ਕਿਹੜੇ ਕਾਰਨਾ ਕਰਕੇ ਉਹਨਾਂ ਨੂੰ ਰਿਫਿਊਜ਼ਲ ਦਾ ਸਾਹਮਣਾ ਕਰਨਾ ਪਿਆ ਸੋ ਇਹਦੇ ਵਿੱਚ ਮੈਂ ਸਟੂਡੈਂਟਸ ਦੀ ਜਾਣਕਾਰੀ ਵਾਸਤੇ ਵੀ ਦੱਸ ਦਿਆਂ ਕਿ ਅਸੀਂ ਜਿਹੜੇ ਤੁਸੀਂ ਐਕਸਪਰਟੀਜ਼ ਨੂੰ ਹੈਂਡਲ ਕਿਸੇ ਨੂੰ ਹਾਇਰ ਕਰਦੇ ਹੋ ਉਹ ਤਾਂ ਤੁਹਾਡੀ ਹੈਲਪ ਕਰਦੇ ਕਰਦੇ ਅਗਰ ਤੁਸੀਂ ਖੁਦ ਵੀ ਆਪਣੀ ਐਪਲੀਕੇਸ਼ਨ ਲਗਾਉਣੀ ਚਾਹੁੰਦੇ ਤਾਂ ਤੁਸੀਂ ਕੇਪਸ ਨੋਟਸ ਦੇ ਥਰੂ ਪਤਾ ਕਰ ਸਕਦੇ ਹੋ ਕਿ ਤੁਹਾਡਾ ਰਿਫਿਊਜ਼ਲ ਦਾ ਮੇਨ ਕਾਰਨ ਕੀ ਸੀ ਸੋ ਅਗਰ ਜਦੋਂ ਸਟੂਡੈਂਟ ਸਾਡੇ ਕੋਲ ਆਉਂਦਾ ਹੈ ਸਾਨੂੰ ਤਾਂ ਪ੍ਰੋਫਾਈਲ ਦੇਖ ਕੇ ਪਤਾ ਚੱਲ ਜਾਂਦਾ ਹੈ ਕਿ ਕਿਹੜੇ ਕਾਰਨਾ ਕਰਕੇ ਇਸ ਬੱਚੇ ਨੇ ਜਿਹੜੀ ਰਿਫਿਊਜ਼ਲ ਦਾ ਸਾਹਮਣਾ ਕੀਤਾ ਅਗਰ ਕਈ ਵਾਰ ਇਹ ਹੁੰਦਾ ਕਿ ਸਟੂਡੈਂਟਸ ਕੋ ਉਸ ਚੀਜ਼ ਦੀ ਕਾਪੀ ਨਹੀਂ ਹੈ ਜਾਂ ਕਈ ਵਾਰ ਜਿਹੜਾ ਰਿਫਿਊਜ਼ਲ ਲੈਟਰ ਕਈ ਵਾਰੀ ਉਹ ਇਹ ਨਾ ਕੋ अवेलेबल ਨਹੀਂ ਹੁੰਦੀ ਬਹੁਤ ਸਾਰੀਆਂ ਕਿਉਂਕਿ ਏਜੰਟਸ ਦੇ ਕੋਲੋਂ ਕਈ ਵਾਰੀ ਬੱਚੇ ਫਰਾਡ ਦਾ ਸ਼ਿਕਾਰ ਹੋਏ ਹੁੰਦੇ ਨੇ ਪ੍ਰੋਪਰ ਵੇ ਨਾਲ ਗੱਲ ਨਹੀਂ ਦੱਸ ਪਾਉਂਦੇ ਸੋ ਉਹਨਾਂ ਕੇਸਿਸ ਦੇ ਵਿੱਚ ਹੀ ਅਸੀਂ ਜਿਹੜਾ ਆ ਕੇਪਸ ਨੋਟਸ ਕਢਵਾਉਂਨੇ ਆ ਅਦਰਵਾਇਜ਼ ਜਿਹੜੀ ਆ ਉਹਨਾਂ ਦੀ ਪ੍ਰੋਬਲਮ ਸਾਨੂੰ ਪਹਿਲੇ ਸੱਟੇ ਪਤਾ ਲੱਗ ਜਾਂਦੀ ਹੈ ਉਸ ਤੋਂ ਬਾਅਦ ਜਿਹੜਾ ਸਾਡਾ ਸੈਕੰਡ ਸਟੈਪ ਹੁੰਦਾ ਆ ਉਹਨਾਂ ਨੂੰ ਪ੍ਰੋਪਰ ਵੇ ਨਾਲ ਗਾਈਡ ਕੀਤਾ ਜਾਂਦਾ ਹੈ ਪ੍ਰੋਗਰਾਮ ਦੀ ਰੈਲੇਵੈਂਸੀ ਦੇਖੀ ਜਾਂਦੀ ਹੈ ਕਿਹੜਾ ਮੇਜਰ ਪ੍ਰੋਗਰਾਮ ਸੀਗੇ ਉਹਨਾਂ ਦੇ ਜਿਨ੍ਹਾਂ ਨੇ ਜਿਹਦੇ ਵਿੱਚ ਸਟੱਡੀ ਕੀਤੀ ਹੈ ਉਹਨਾਂ ਨੂੰ ਕਿਸ ਤਰੀਕੇ ਦੀ ਸਟੱਡੀ ਲੈ ਕੇ ਦਿੱਤੀ ਜਾਵੇ ਟਰੇਡ ਨਾਲ ਲੈ ਕੇ ਦਿੱਤੀ ਜਾਵੇ ਕੋਈ ਟੈਕਨੀਸ਼ੀਅਨ ਰਿਲੇਟਿਡ ਸਟੱਡੀ ਆ ਸਟ੍ਰੀਮ ਦੇਖੀ ਜਾਂਦੀ ਹੈ ਮੈਡੀਕਲ ਹੈ ਨਾਨ ਮੈਡੀਕਲ ਹੈ ਆਰਟਸ ਹੈ ਕਮਰਸ ਹੈ ਕਿਉਂਕਿ ਜਸਟ ਲਿਮਟਿਡ ਪ੍ਰੋਗਰਾਮਸ ਹੀ ਅਵੇਲੇਬਲ ਨਹੀਂ ਕਿ ਬਹੁਤ ਸਾਰੇ ਆਪਸ਼ਨਸ ਅਵੇਲੇਬਲ ਨੇ ਹਰ ਇੱਕ ਪ੍ਰੋਗਰਾਮ ਵਿੱਚ ਬਹੁਤ ਸਾਰੇ ਆਪਸ਼ਨਸ ਅਵੇਲੇਬਲ ਨੇ ਉਸ ਤੋਂ ਬਾਅਦ ਵਿੱਚ ਦੇਖਿਆ ਜਾਂਦਾ ਹੈ ਕਿ ਇਸ ਸਟੂਡੈਂਟ ਵਾਸਤੇ ਕਈ ਵਾਰੀ ਕਿ ਹੁੰਦਾ ਹੈ ਕਿ ਕੁਝ ਪ੍ਰੋਗਰਾਮਸ ਇਸ ਤਰ੍ਹਾਂ ਦੇ ਹੁੰਦੇ ਨੇ ਕਿ ਉਹਨਾਂ ਪ੍ਰੋਗਰਾਮਸ ਦੇ ਬੇਸਿਸ ਦੇ ਉੱਪਰ ਤੁਸੀਂ ਕਿਸੇ ਪਾਰਟਿਕੂਲਰ ਪ੍ਰੋਵਿੰਸ ਤੇ ਜਾ ਕੇ ਬੜੇ ਆਰਾਮ ਨਾਲ ਪੀਆਰ ਹਾਸਲ ਕਰ ਸਕਦੇ ਹੋ ਸੋ ਅਗਰ ਤਾਂ ਸਾਨੂੰ ਕਿਸੇ ਪ੍ਰੋਫਾਈਲ ਦੇ ਵਿੱਚ ਇਹ ਚੀਜ਼ ਦਿਖਦੀ ਹੈ ਕਿ ਇਸ ਪ੍ਰੋਫਾਈਲ ਦੇ ਵਿੱਚ ਐਸ ਪ੍ਰੋਵਿੰਸ ਦੇ ਵਿੱਚ ਜਾ ਕੇ ਬੱਚੇ ਨੂੰ ਪੀਆਰ ਮਿਲਦੀ ਹੈ ਤਾਂ ਅਸੀਂ ਉਸ ਸਟੂਡੈਂਟ ਨੂੰ ਪੂਰੀ ਪਿਕਚਰ ਕਲੀਅਰ ਕਰਦੇ ਹਾਂ ਕਿ ਤੁਸੀਂ ਏ ਟੂ ਜ਼ੀ ਕਿਸ ਤਰੀਕੇ ਨਾਲ ਕੈਨੇਡਾ ਦੇ ਵਿੱਚ ਜਾ ਕੇ ਵਿਦਨ 2 ਟੂ 3 ইয়ারਸ ਪੱਕੇ ਹੋ ਸਕਦੇ ਹੋ ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਫਰਸਟ ਸਟੈਪ ਦੇ ਵਿੱਚ ਹੀ ਸਟੂਡੈਂਟਸ ਨੂੰ ਕਲੀਅਰ ਕੀਤੀਆਂ ਜਾਂਦੀਆਂ ਉਸ ਤੋਂ ਇਲਾਵਾ ਬੱਚਿਆਂ ਨੂੰ ਜਿਹੜਾ ਨਿਸ਼ਚਿੰਤ ਹੋਣ ਦੀ ਲੋੜ ਹੈ ਕਿ ਜੇ ਤੁਹਾਡਾ ਰਿਫਿਊਜ਼ਡ ਕੇਸ ਵੀ ਆ ਤੁਸੀਂ ਬਿਲਕੁਲ ਨਿਸ਼ਚਿੰਤ ਰਹੋ ਫਰੈਸ਼ ਐਪਲੀਕੇਸ਼ਨ ਤਾਂ ਵੀ ਨਿਸ਼ਚਿੰਤ ਰਹੋਗੇ ਤੁਸੀਂ ਕਿਸੇ ਵੀ ਧੋਖਾਧੜੀ ਦੇ ਸ਼ਿਕਾਰ ਨਹੀਂ ਹੋਣ ਜਾ ਰਹੇ ਜਿਹੜਾ ਕਿ ਅਸੀਂ ਖਾਸ ਇਸ ਟਾਈਮ ਤੇ ਦੇਖਣ ਨੂੰ ਮਿਲ ਰਿਹਾ ਹੈ ਕਿਉਂਕਿ ਤੁਹਾਡੀ ਜਿਹੜੀ ਐਪਲੀਕੇਸ਼ਨ ਆ ਉਹ ਹੈਂਡਲ ਇੱਕ ਰੈਗੂਲੇਟਿਡ ਕੈਨੇਡੀਅਨ ਇਮੀਗ੍ਰੇਸ਼ਨ ਕੰਸਲਟੈਂਟ ਕਰ ਰਿਹਾ ਹੈ ਜੋ ਕੈਨੇਡੀਅਨ ਗਵਰਨਮੈਂਟ ਵੱਲੋਂ ਅਥਾਰਾਈਜ਼ਡ ਹੈ ਸੋ ਕੈਨੇਡਾ ਦੇ ਜਿਹੜੀ ਗਵਰਨਮੈਂਟ ਹੈ ਉਹ ਕੁਝ ਲੋਕਾਂ ਨੂੰ ਅਥਾਰਟੀ ਦਿੰਦੀ ਹੈ ਕਿ ਜਿਹੜੀ ਤੁਹਾਡੀ ਐਪਲੀਕੇਸ਼ਨ ਦੇ ਉੱਪਰ ਕੰਮ ਕਰ ਸਕਦੇ ਨੇ ਤਾਂ ਕਿ ਤੁਹਾਡੇ ਨਾਲ ਕਿਸੇ ਵੀ ਤਰੀਕੇ ਦੀ ਧੋਖਾਧੜੀ ਨਾ ਹੋਏ ਸੋ ਐਕਸਪਰਟਿਸ ਤਾਂ ਹੁੰਦਾ ਹੀ ਹੁੰਦਾ ਉਹਨਾਂ ਨੂੰ ਪ੍ਰੋਗਰਾਮਸ ਦੀ ਨੌਲੇਜ ਤਾਂ ਹੁੰਦੀ ਹੀ ਹੁੰਦੀ ਹੈ ਕਿਉਂਕਿ ਖੁ ਕੀਤੇ ਆ ਹਰ ਇੱਕ ਪ੍ਰੋਗਰਾਮ ਦੀ ਓਵਰਆਲ ਨੌਲੇਜ ਰੱਖਦਾ ਸੋ ਇਸ ਤਰੀਕੇ ਨਾਲ ਅਸੀਂ ਪ੍ਰੋਪਰ ਵੇ ਨਾਲ ਸਟੂਡੈਂਟ ਦੀ ਜਿਹੜੀ ਫਾਈਲ ਅਸੈਸ ਕਰਨ ਤੋਂ ਬਾਅਦ ਉਹਨੂੰ ਐਡਵਾਈਸ ਕਰਦਾ ਕਿ ਉਹਦੇ ਲਈ ਸਹੀ ਤਰੀਕਾ ਕਿਹੜਾ ਐਪਲੀਕੇਸ਼ਨ ਲਾਉਣਾ ਦਾ ਜਾਂ ਕਿਹੜੇ ਟਾਈਮ ਤੇ ਕਿਸ ਇਨਟੇਕ ਵਾਸਤੇ ਲਗਾਏ ਤੇ ਕਿਸ ਪ੍ਰੋਵਿੰਸ ਦੇ ਵਿੱਚ ਜਾਏ ਸੋ ਇਹ ਚੀਜ਼ ਫਸਟ ਟਾਈਮ ਦੇ ਵਿੱਚ ਹੀ ਉਹਨਾਂ ਨੂੰ ਜਿਹੜੀ ਕਲੀਅਰ ਕੀਤੀ ਜਾਂਦੀ ਹੈ ਬਹੁਤ ਹੀ ਵਧੀਆ ਜੀ ਬਹੁਤ ਇੰਪੋਰਟੈਂਟ ਇਨਫੋਰਮੇਸ਼ਨ ਤੁਸੀਂ ਸ਼ੇਅਰ ਕੀਤੀ ਹੈ ਸਕਰੀਨ ਤੇ ਨੰਬਰ ਹੈ ਜ਼ਰੂਰ ਅਜਿੰਦਰਬੀਰ ਕੌਰ ਜੀ ਗਿਲਨ ਦੇ ਨਾਲ ਟੈਲੀਫੋਨ ਕਰਕੇ ਟਾਈਮ ਲੈ ਕੇ ਅਪਾਇੰਟਮੈਂਟ ਬਣਾ ਕੇ ਤੁਸੀਂ ਮਿਲੋ ਮੁਫਤ ਅਪਾਇੰਟਮੈਂਟ ਹੈ ਔਰ ਸਲਾਮ ਮਸ਼ਵਰਾ ਕਰੋ ਇਸ ਨੰਬਰ ਤੇ ਵਟਸਐਪ ਵੀ ਭੇਜ ਸਕਦੇ ਹੋ ਆਪਣਾ ਪ੍ਰੋਫਾਈਲ ਭੇਜ ਸਕਦੇ ਹੋ ਥੈਂਕ ਯੂ ਸੋ ਮਚ